ਔਰ ਪੰਜਾਬੀਅਤ ਦੇ ਨਾਲ ਜੁੜੀ ਹੋਈ ਕੋਈ ਵੀ ਚੀਜ਼ ਹੈ, ਮੈਨੂੰ ਉਹਦੇ ਨਾਲ ਪਿਆਰ ਹੈ, ਮੈਨੂੰ ਇਹ ਨਹੀਂ ਗਰਜ਼ ਕਿ ਉਹਦਾ ਧਰਮ ਕੀ ਹੈ। ਅਨਬਾਇਸਡ ਹੋਣਾ ਬਹੁਤ ਮੁਸ਼ਕਿਲ ਹੈ। ਅਨਬਾਇਸਡ ਮਤਲਬ ਹੈ ਕਿ ਆਪਣੇ ਆਪਣਾ ਪੱਖ ਵਿੱਚ ਨਹੀਂ ਲਿਖਣਾ, ਹਿਸਟਰੀ ਜੋ ਬੋਲਦੀ ਪਈ ਹੈ ਉਸੇ ਨੂੰ ਦੱਸਣਾ ਹੈ। ਜੇ ਅਗਰ ਖਾਲਸਾ ਹਿਸਟਰੀ ਹੈ ਤਾਂ ਮੈਂ ਮੁਸਲਿਮ ਹਾਂ, ਮੇਰਾ ਕੋਈ ਰਾਈਟ ਨਹੀਂ ਹੈ ਕਿ ਉਹਦੇ 'ਚ ਮੈਂ ਐਡੀਸ਼ਨਲ ਆਪਣੇ ਵੱਲੋਂ ਲਿਖਾਂ। ਅਗਰ ਹਿੰਦੂ ਹਿਸਟਰੀ ਹੈ ਤਾਂ ਉਹਦੇ 'ਚ ਮੈਂ ਐਡੀਸ਼ਨਲ ਨਹੀਂ ਲਿਖ ਸਕਦਾ ਆਪਣੇ ਵੱਲੋਂ, ਯਾਨੀ ਕਿ ਉਹਨੂੰ ਖਾਰਾ ਨਹੀਂ ਕਰ ਸਕਦਾ। ਲੇਕਿਨ ਅਫਸੋਸ ਹੈ ਕਿ ਦੋਵਾਂ ਪਾਸੇ ਇਹੋ ਜਿਹੇ ਰਾਈਟਰਸ ਦੀ, ਇਹੋ ਜਿਹੇ ਬੋਲਣ ਵਾਲਿਆਂ ਦੀ ਔਰ ਇਹੋ ਜਿਹੇ ਫਿਲਮਸ ਡਰਾਮਾ ਬਣਾਉਣ ਵਾਲਿਆਂ ਦੀ ਕਮੀ ਬਹੁਤ ਜ਼ਿਆਦਾ ਹੈ। ਸਾਡੀ ਸਰਕਾਰ ਨੂੰ ਤਾਂ ਥੋੜ੍ਹੀ ਜਿਹੀ ਅਕਲ ਮੈਂ ਕਹਾਂਗਾ ਇਸ ਲਿਹਾਜ਼ ਨਾਲ ਹੈਗੀ ਹੈ ਕਿ 70 ਸਾਲ ਤੋਂ ਹੁਣ ਤੱਕ ਉਹੀ ਜਿਹੜਾ ਮੈਂ ਕਹਿੰਦਾ ਵਾਂ ਕਿ ਸਿੱਖ ਸਪੈਸ਼ਲ ਸਟੇਟਸ ਜਿਹੜਾ ਉਹਦੇ ਉੱਤੇ ਕੰਮ ਕਰ ਰਹੇ ਨੇ ਔਰ ਸ਼ੁਕਰ ਹੈ ਕਿ ਹਲੇ ਤੱਕ ਪੂਰੇ ਨੇ, ਕੋਈ ਇਹਨਾਂ ਨੇ ਉਹਦੇ 'ਚ ਉਹ ਘੱਟ ਨਹੀਂ ਕੀਤਾ। ਹੁਣ ਇੱਕ ਪਾਸੇ ਸਿੱਖਾਂ ਕੋਲੋਂ ਆਪਣੀ ਜਿਹੜੀ ਹੈ ਅਸਲੀਅਤ, ਜਿਹੜੀ ਕਿ ਇੱਕ ਪਹਿਚਾਣ ਸੀ, ਉਹ ਖੋਈ ਜਾ ਰਹੀ ਹੈ ਔਰ ਬੱਚਿਆਂ ਨੂੰ ਆਉਣ ਵਾਲਿਆਂ ਨੂੰ ਬਿਲਕੁਲ ਨਹੀਂ ਪਤਾ ਕਿ ਵੀ ਸਾਡੇ ਜਿਹੜੇ ਮਾਂ ਪਿਓ ਨੇ ਜਾਂ ਦਾਦੇ ਨੇ ਇਸ 2 ਮੰਜ਼ਿਲਾ ਬਿਲਡਿੰਗ ਦੇ ਉੱਤੋਂ ਵੀ ਲੰਘਿਆ ਪਾਣੀ, ਲੱਕੜ ਦੀਆਂ ਬੂਹੇ, ਲੱਕੜ ਦੀਆਂ ਬਾਰੀਆਂ ਜਿਹੜੀਆਂ ਉਹ ਸਭ ਬਹਾ ਕੇ ਨਾਲ ਲੈ ਗਿਆ ਕਿਉਂਕਿ ਉੱਥੇ ਬਹੁਤ ਨੁਕਸਾਨ ਹੋਇਆ ਸੀ ਉਸ ਵੇਲੇ। ਇਹ ਐਂਟਰੈਂਸ ਹੈ ਜੀ ਗੁਰੂ ਘਰ ਦੀ ਜੀ, ਇਹਦਾ ਗਰਾਊਂਡ ਚੈਂਬਰ ਵੀ ਹੈ, ਅੰਡਰਗਰਾਊਂਡ ਚੈਂਬਰ ਵੀ ਹੈ, ਫਸਟ ਫਲੋਰ ਵੀ ਔਰ ਸੈਕਿੰਡ ਫਲੋਰ ਵੀ ਹੈ। ਤਾਂ ਤੁਸੀਂ ਦੇਖੋ 47 ਤੋਂ ਪਹਿਲੇ ਸੇਵਾ ਕਿੱਡੀ ਸੋਹਣੀ ਹੈ ਕਿ ਅੰਡਰਗਰਾਊਂਡ ਚੈਂਬਰ ਵੀ ਬਣਾਇਆ ਹੋਇਆ, ਗਰਾਊਂਡ ਚੈਂਬਰ ਵੀ ਬਣਿਆ ਔਰ ਫਸਟ ਫਲੋਰ ਵੀ ਉੱਤੇ ਬਣਿਆ ਹੋਇਆ। ਇਹ ਸਮਾਧੀ ਬਾਬਾ ਫੁੱਲਾ ਸਿੰਘ ਅਕਾਲੀ ਜੀ। ਅਗਰ ਰਾਈਟ ਸਾਈਡ ਦੇ ਪਿਕਚਰ ਦੇਖੋ ਤਾਂ ਤੁਸੀਂ ਦਰਿਆ ਤੁਹਾਨੂੰ ਬਹੁਤ ਕਰੀਬ ਨਜ਼ਰ ਆ ਰਿਹਾ ਹੋਵੇਗਾ ਜੁੜਿਆ ਹੋਇਆ। ਇਸ ਜਗ੍ਹਾ ਦੇ ਉੱਤੇ ਘੱਟੋ ਘੱਟ ਮੇਰਾ ਹੱਕ 25 ਤੋਂ 30 ਏਕੜ ਜ਼ਮੀਨ ਸੀਗੀ ਇਹਦੀ ਜੀ। 25 ਤੋਂ 30 ਏਕੜ ਸਿਰਫ ਕੰਪਲੈਕਸ ਦੀ ਹੈ ਜੀ ਸਾਰੀ। ਅਗਰ ਇਹਦੇ ਨਾਲ ਜੁੜਿਆ ਹੋਇਆ ਜਗ੍ਹਾ ਦੇਖਿਆ ਜਾਏ ਤਾਂ ਮੁਰੱਬੇ ਤੋਂ 1.5 ਮੁਰੱਬਾ ਹੈ। ਉੱਥੇ ਕੋਈ ਰਿਸਰਚ ਸੈਂਟਰ ਬਣਿਆ ਜਿਹੜਾ ਕਿ ਐਗਰੀਕਲਚਰ ਦਾ ਲੈਂਡ ਨੂੰ ਜਿਹੜਾ ਐਗਰੀਕਲਚਰ ਪੁਆਇੰਟ ਆਫ ਵਿਊ ਨਾਲ ਯੂਜ਼ ਕੀਤਾ ਜਾ ਰਿਹਾ। ਕੰਸਟਰਕਸ਼ਨ ਕੋਈ ਨਹੀਂ ਹੈ ਇਸ ਜਗ੍ਹਾ ਦੇ ਉੱਤੇ, ਖਾਲੀ ਪਈ ਹੋਈ ਹੈ ਪੂਰੀ ਜਗ੍ਹਾ ਜੀ, ਲੋਕ ਲੱਗੇ ਨੇ ਇਸ 'ਚ ਜੀ। ਇਹ ਕਾਬਲ ਦਾ ਰਿਵਰ ਹੈ ਜੀ, ਇਹ ਆਉਂਦਾ ਪਿਸ਼ਾਵਰ ਤੋਂ 4 ਸੱਦੇ ਵਾਲੀ ਸਾਈਡ ਤੋਂ, ਕਾਬਲ ਤੋਂ ਇੰਟਰ ਹੁੰਦਾ ਪਾਕਿਸਤਾਨ ਵੱਲ ਨੂੰ। ਜਦੋਂ ਪਾਕਿਸਤਾਨ ਵੱਲ ਇੰਟਰ ਹੁੰਦਾ ਪਿਸ਼ਾਵਰ ਨੂੰ ਕ੍ਰਾਸ ਕਰਦਾ ਹੋਇਆ ਨਸ਼ਹਿਰਾ ਪਾਕਿਸਤਾਨ ਦਾ ਉਸ ਵੇਲੇ। ਅੱਛਾ ਮਜ਼ੇ ਦੀ ਗੱਲ ਹੈ ਕਿ ਉਦੋਂ ਉੱਥੇ ਖਾਲਸਾ ਜੀ ਦਾ ਕੈਂਟ ਸੀਗਾ ਅਤੇ ਅੱਜ ਪਾਕਿਸਤਾਨ ਦਾ ਬਹੁਤ ਵੱਡਾ ਕੈਂਟ ਹੈ ਨਸ਼ਹਿਰਾ। ਅਗਰ ਬੱਚੇ ਪੜ੍ਹਦੇ ਆ ਔਨਲਾਈਨ, ਤੁਸੀਂ ਗੂਗਲ ਕਰੋ ਨਸ਼ਹਿਰਾ ਕੈਂਟ ਲਿਖੋ ਤੁਸੀਂ ਤਾਂ ਤੁਹਾਡੇ ਸਾਹਮਣੇ ਆ ਜਾਏਗੀ ਵੀਡੀਓ। ਔਰ ਅਗਰ ਇਹਦੇ ਮੁਤਲਕ ਤੁਸੀਂ ਕੋਈ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਜੀ, ਖਾਲਸਾ ਰਾਜਪੂਤ ਸਟੈਪਸ ਇਨ ਪਾਕਿਸਤਾਨ ਫੇਸਬੁੱਕ 'ਤੇ ਲਿਖੋ ਜਾਂ ਸੇਮ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਤਾਂ ਉਹਦੇ 'ਚ ਤੁਹਾਡੇ ਕੋਲ ਡਿਟੇਲ ਸਾਹਮਣੇ ਆ ਜਾਵੇ। ਇਹ ਜੀ ਗੁਰਦੁਆਰਾ ਸੰਤ ਭਾਈ ਕਰਮ ਸਿੰਘ ਮਰਦਾਨ ਮੋਤੀ ਵਾਲੇ, ਪੁਰਾਣੇ ਬਜ਼ੁਰਗ ਜਿਹੜੇ ਹੈ ਉਹ ਇਹਨਾਂ ਦੇ ਮੁਤਲਕ ਜਾਣਦੇ, ਬਾਈ ਸੰਤ ਹੋਏ ਨੇ ਔਰ ਇਹਨਾਂ ਦਾ ਜਨਮ ਜਿਹੜਾ ਸੀ ਇਹ 50 ਸਾਲ ਦੇ ਲਾਗੇ ਹੋਇਆ, ਲੇਕਿਨ ਇਹਨਾਂ ਨੂੰ ਜਿਹੜੀ ਸੇਵਾ ਮਿਲੀ ਸੀ ਔਰ ਨੌਰਥ ਵੈਸਟ ਦੇ ਮੁਸ਼ਕਲ ਤਰੀਨ ਇਲਾਕਾ ਜਿੱਥੇ ਕਿ ਪਠਾਨ ਬਹੁਤ ਜ਼ਿਆਦਾ ਹੁੰਦੇ ਸਨ, ਉਸ ਜਗ੍ਹਾ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲੀ। ਔਰ ਲੈਫਟ ਸਾਈਡ ਦੇ ਉੱਤੇ ਇਹਨਾਂ ਦੇ ਜਿਹੜਾ 100 ਸਾਲ ਪੁਰਾਣੀ ਤਸਵੀਰ ਹੈ ਜੀ ਗੁਰੂ ਘਰ ਦੀ। ਮੈਂ ਖੁਸ਼ਕਿਸਮਤ ਹਾਂ, ਮੈਂ ਕਹਾਂਗਾ ਕਿ ਮੈਂ ਜਿਹੜੀ ਚੀਜ਼ ਨੂੰ ਖੋਜ ਕਰਨ ਵਾਸਤੇ ਨਿਕਲਦਾ ਵਾਂ ਉਹ ਮੈਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਂਦੀ ਹੈ ਖੁਦ ਬਖੁਦ ਹੀ। ਮੈਂ ਕਹਾਂਗਾ ਕਿ ਮਹਿਰ ਉੱਤੇ ਹਲੇ ਦੀ ਇਹ ਤਸਵੀਰ ਜਿਹੜੀ ਹੈ ਇਸੇ ਤਰ੍ਹਾਂ ਹੀ ਮੈਨੂੰ ਇੱਕ ਤੁਹਾਡੇ ਵਰਗੇ ਕਿਸੇ ਭਾਈ ਨੇ ਸ਼ੇਅਰ ਕਰ ਦਿੱਤੀ ਜਦੋਂ ਮੈਂ ਇਹਦੇ ਮੁਤਲਕ ਗੱਲ ਕਰ ਰਿਹਾ ਸੀ ਕਿ ਮੈਂ ਗੁਰਦੁਆਰਾ ਇੱਕ ਨਵਾਂ ਬਣਨ ਲਈ ਜਾ ਰਿਹਾ। ਰਾਈਟ ਸਾਈਡ ਦੇ ਉੱਤੇ ਇਹਦੀ ਸੇਵਾ ਜਿਹੜੀ ਹੈ ਇੰਗਲੈਂਡ ਦੀ ਸੰਗਤ ਕਰਵਾ ਰਹੀ ਹੈ। ਇਹ ਗੁਰਦੁਆਰਾ ਸਾਹਿਬ ਦਾ ਪੁਰਾਣਾ ਹਿੱਸਾ ਜਿਹੜਾ ਅੰਦਰ ਵੱਲ ਹੈ ਔਰ ਉੱਤੋਂ ਜਿਹੜਾ ਉਹਨੂੰ ਨਵਾਂ ਉਸਾਰਿਆ ਜਾ ਰਿਹਾ ਤਾਂ ਕਿ ਪੁਰਾਣੇ ਗੁਰੂ ਘਰ ਦੇ ਵੀ ਨਿਸ਼ਾਨ ਖਤਮ ਨਾ ਹੋਣ ਔਰ ਨਵੀਂ ਸੇਵਾ ਵੀ ਨਾਲ ਨਾਲ ਜਾਰੀ ਰਹੇ। ਐਸੀ ਗੁਰਦੁਆਰਾ ਸੰਤ ਭਾਈ ਕਰਮ ਸਿੰਘ ਹੋਤੀ ਮਰਦਾਨ ਵਾਲੇ ਇਸ ਜਗ੍ਹਾ ਦੇ ਉੱਤੇ ਬਿਲਕੁਲ ਥੋੜ੍ਹੀ